ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਾਲ ਜੀ ਕੀ ਹਾਲ ਚਾਲ ਹੈ ਸਭ ਵਧੀਆ ਜੀ ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਪੀਟੀਸੀ ਪੰਜਾਬੀ ਵੱਲੋਂ ਤੇ ਤੁਹਾਡੇ ਫੈਨਸ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਲ ਜੀ ਥੈਂਕ ਯੂ ਧੰਨਵਾਦ ਹੈ ਮੇਰੇ ਵੱਲੋਂ ਵੀ ਪੀਟੀਸੀ ਚੈਨਲ ਪੰਜਾਬੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਧੰਨਵਾਦ ਜੀ ਤੁਹਾਡਾ ਜਿਹੜਾ ਤੁਸੀਂ ਸਮਾਂ ਦੇ ਰਹੇ ਹੋ ਬੜੀ ਮਿਹਰਬਾਨੀ ਸੋ ਬਲਰਾਜ ਭਾਜੀ ਅੱਜ ਆਪਣੇ ਨਾਲ ਨੇ ਆਪਾਂ ਗੱਲਬਾਤ ਕਰਾਂਗੇ ਜੀ 2016 ਦੀ ਜੀ ਬਲਰਾਜ ਭਾਜੀ ਮੈਨੂੰ ਇਹ ਦੱਸੋ ਕਿ 2016 ਤੁਹਾਡੇ ਲਈ ਕਿਹੋ ਜਿਹਾ ਰਿਹਾ 2016 ਮੇਰੇ ਲਈ ਤਾਂ ਬਹੁਤ ਵਧੀਆ ਰਿਹਾ ਅੱਛਾ ਤੇ ਮਤਲਬ ਹੁਣ ਤੁਹਾਨੂੰ ਐਕਸਪਲੇਨ ਕਰਕੇ ਦੱਸੋ ਕਿ ਕਿਵੇਂ ਵਧੀਆ ਰਿਹਾ 2016 ਚਲੋ ਮੈਂ ਜਿਹੜੇ ਗਾਣੇ ਤਾਂ ਕੀਤੇ 2016 ਚ ਹੀ ਮੇਰਾ ਵਿਆਹ ਹੋਇਆ ਕੀ ਬਾਤ ਹੈ ਵੈਰੀ ਗੁੱਡ ਜੀ ਵੈਰੀ ਗੁੱਡ ਤੇ 2016 ਚ ਹੀ ਮੇਰੇ ਘਰ ਪਰਮਾਤਮਾ ਨੇ ਗੁੜੀਆ ਦਿੱਤੀ ਹੈ ਜੀ ਸੁਨਾਇਆ ਵਾਹ ਮੇਰੇ ਲਈ ਮੈਂ ਸਮਝਦਾ ਬਹੁਤ ਲੱਕੀ ਹੈ ਭਾਜੀ ਜਿਵੇਂ ਤੁਸੀਂ ਦੱਸਿਆ ਕਿ ਮੇਰਾ 2016 ਦੇ ਵਿੱਚ ਵਿਆਹ ਹੋਇਆ ਹੈ ਨਾ ਜੀ ਆਪਣੇ ਬਹੁਤ ਸਾਰੇ ਪੰਜਾਬੀ ਸਿੰਗਰਸ ਨੇ ਐਕਟਰਸ ਨੇ ਜੀ ਦੱਸਣਾ ਨਹੀਂ ਚਾਹੁੰਦੇ ਕਿ ਮੇਰਾ ਵਿਆਹ ਹੋਇਆ ਜਾਂ ਸਾਡਾ ਵਿਆਹ ਹੋਇਆ ਇਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ ਕੀ ਲੱਗਦਾ ਤੁਹਾਨੂੰ ਖੈਰ ਸੁਹਾਲ ਜੀ ਹਰੇਕ ਦੀ ਆਪੋ ਆਪਣੀ ਸੋਚ ਹੁੰਦੀ ਆ ਮੈਨੂੰ ਤਾਂ ਲੱਗਦਾ ਕਿ ਇਹ ਜ਼ਿੰਦਗੀ ਦਾ ਅਹਿਮ ਪਲ ਹੈ ਜੇ ਕਿਸੇ ਤੋਂ ਲੁਕਾਉਣਾ ਨਹੀਂ ਚਾਹੀਦਾ ਬਿਲਕੁਲ ਲਾਈਫ ਦੇ ਵਿੱਚ ਹਰੇਕ ਦਾ ਵਿਆਹ ਹੁੰਦਾ ਮੈਨੂੰ ਲੱਗਦਾ ਥੋੜੇ ਜਿਹੇ ਪਰਸਨ ਹੁੰਦੇ ਜਿਹੜਿਆਂ ਦਾ ਵਿਆਹ ਨਹੀਂ ਹੁੰਦਾ ਇਹ ਦੱਸਣਾ ਚਾਹੀਦਾ ਲੁਕਾਉਣ ਵਾਲੀ ਤਾਂ ਕੋਈ ਗੱਲ ਨਹੀਂ ਇਹਦੇ ਵਿੱਚ ਲਓ ਜੀ ਇਹ ਬਲਰਾਜ ਬਾਈ ਜੀ ਦਾ ਕਹਿਣਾ ਕਿ ਮੇਰੇ ਖਿਆਲ ਨਾਲ ਇਹ ਚੀਜ਼ਾਂ ਲੁਕਾਉਣੀ ਨਹੀਂ ਚਾਹੀਦੀਆਂ ਕਿਉਂਕਿ ਲੋਕਾਂ ਨੂੰ ਦੱਸਣੀ ਚਾਹੀਦੀਆਂ ਨੇ ਜ਼ਿੰਦਗੀ ਦੇ ਬਹੁਤ ਅਹਿਮ ਪਲ ਹੁੰਦੇ ਨੇ ਇਹ ਖੁਸ਼ੀਆਂ ਵਾਲੇ ਪਲ ਹੁੰਦੇ ਨੇ ਸੋ ਜਿੰਨਾ ਸ਼ੇਅਰ ਕਰੋ ਓਨੀਆਂ ਖੁਸ਼ੀਆਂ ਆਉਂਦੀਆਂ ਨੇ ਹਾਂ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਸਾਹਿਲ ਜੀ ਕੋਈ ਗੱਲ ਲੁਕਾਉਣ ਵਾਲੀ ਹੈ ਇਹ ਤਾਂ ਜ਼ਿੰਦਗੀ ਦਾ ਅਹਿਮ ਹਿੱਸਾ ਭਾਜੀ 2016 ਦੇ ਵਿੱਚ ਤੁਹਾਡੇ ਕਿੰਨੇ ਟਰੈਕ ਆਏ ਆ ਬਸ 2016 ਦੇ ਵਿੱਚ ਸਾਹਿਲ ਜੀ ਮੈਂ ਬਹੁਤਾ ਟਰੈਕ ਤਾਂ ਨਹੀਂ ਦੇ ਪਾਇਆ ਸਿਰਫ ਦੋ ਟਰੈਕ ਮੇਰੇ ਆਏ ਆ ਕੈਂਡਲ ਲਾਈਟ ਡਿਨਰ ਤੇ ਇੱਕ ਹੋਰ ਸੀਗਾ ਬਸ ਹੁਣ ਅਸੀਂ 2017 ਦੇ ਵਿੱਚ ਰੈਗੂਲਰ ਜਿਹੜੇ ਆ 5-6 ਸੌਂਗ ਜਿਹੜੇ ਲੈ ਕੇ ਆ ਲੈ ਕੇ ਆਉਂਗੇ ਕਿਉਂਕਿ 2016 ਬਹੁਤ ਬਿਜ਼ੀ ਰਿਹਾ ਪਰਿਵਾਰ ਦੇ ਵਿੱਚ ਵਿਆਹ ਹੋਇਆ ਭਾਈ ਬਾਈ ਜੀ ਦਾ ਹੈ ਤੇ ਇੱਕ ਬੇਬੀ ਵੀ ਹੋ ਗਿਆ ਇਹ ਫੈਮਿਲੀ ਫੈਮਿਲੀ ਨੂੰ ਟਾਈਮ ਦਿੱਤਾ ਫੈਮਿਲੀ ਟਾਈਮ ਸੀਗਾ 2016 ਜਿਹੜਾ ਇਹਨਾਂ ਨੇ ਟਾਈਮ ਸਪੈਂਡ ਕੀਤਾ 2017 ਦੇ ਵਿੱਚ ਕਾਫੀ ਸਾਰੇ ਗਾਣੇ ਲੈ ਕੇ ਆਣਗੇ ਜੀ ਕੀ ਲੱਗਦਾ ਕਿ ਜੋ ਆਪਾਂ ਡਰੱਗਸ ਦੀ ਗੱਲ ਕਰਦੇ ਹਾਂ ਜੀ ਤੁਹਾਡਾ ਕੀ ਨਜ਼ਰੀਆ ਪੂਰੀ ਦੁਨੀਆ ਦੇ ਵਿੱਚ ਆਪਣੀ ਕੀ ਇਮੇਜ ਹੈ ਡਰੱਗਸ ਨੂੰ ਲੈ ਕੇ ਪੰਜਾਬ ਦੀ ਦੇਖੋ ਡਰੱਗ ਤਾਂ ਪੂਰੀ ਦੁਨੀਆ ਵਿੱਚ ਡਰੱਗ ਨੂੰ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਪੂਰੀ ਦੁਨੀਆ ਵਿੱਚ ਡਰੱਗ ਨਹੀਂ ਹੈਗੀ ਡਰੱਗ ਸਾਰੀ ਦੁਨੀਆ 'ਚ ਆ ਪਰ ਇਹ ਵੀ ਗੱਲ ਗਲਤ ਆ ਕਿ ਜੇ ਆਪਾਂ ਕਹੀਏ ਕਿ ਸਾਰਾ ਪੰਜਾਬ ਨਸ਼ੇੜੀ ਹੈ ਮੈਂ ਨਹੀਂ ਮੰਨਦਾ ਇਹ ਗੱਲ ਨੂੰ ਡਰੱਗ ਹੈ ਡਰੱਗ ਤਾਂ ਉਹੀ ਕਰਦਾ ਜਿਹੜਾ ਡਰੱਗ ਦਾ ਆਦੀ ਹੋਵੇ ਜਾਂ ਜਿਹੜਾ ਇਸ ਦੀ ਆਦਤ ਦਾ ਉਹਨੂੰ ਪੈ ਚੁੱਕੀ ਹੈ ਪਰ ਮੈਂ ਚਾਹੁੰਦਾ ਕਿ ਆਓ ਆਪਾਂ ਇੱਕ ਨਵਾਂ ਪੰਜਾਬ ਸਰਜੀਏ ਡਰੱਗ ਤੋਂ ਕਿਉਂਕਿ ਮੈਂ ਚਾਹੁੰਦਾ ਕਿ ਇੱਕ ਟੀਮ ਵਰਕ ਬਣੇ ਸਾਰੇ ਪੰਜਾਬ 'ਚ ਇੱਕ ਲਹਿਰ ਚੱਲਣੀ ਚਾਹੀਦੀ ਹੈ ਜੇ ਕੋਈ ਸਾਡਾ ਭਰਾ ਇਸ ਗਲਤ ਪਾਸੇ ਪੈ ਗਿਆ ਉਹਨੂੰ ਅਸੀਂ ਆਪ ਹੀ ਸਾਰਿਆਂ ਨੇ ਬਾਹਰ ਕੱਢਣਾ ਅਤੇ ਆਪਾਂ ਉਹਨੂੰ ਉਹਦੀ ਮਾੜੀ ਸੁਸਾਇਟੀ 'ਚੋਂ ਕੱਢ ਕੇ ਉਹਨੂੰ ਆਪਾਂ ਚੰਗੇ ਪਾਸੇ ਜੋੜੀਏ ਸ਼ਾਇਦ ਜੇ ਇਹ ਗੱਲਾਂ ਕਰੀਏ ਦੂਜੀਆਂ ਗੱਲਾਂ ਤੋਂ ਵੱਡੀ ਗੱਲ ਹੋਵੇ ਤੇ ਜਿਹੜੇ 500,000 ਦੇ ਨੋਟ ਹੋਣੇ ਬੰਦ ਹੋ ਜਾਣਾ ਹੈ ਭਾਜੀ ਹਾਂਜੀ ਉਸ ਤੋਂ ਬਾਅਦ ਫਿਰ ਕੀ ਬੀਤੀ ਲਾਈਨਾਂ 'ਚ ਖੜੇ ਹੋਏ ਪੈਸੇ ਲੈਣ ਲਈ ਹਾਂ ਦੇਖੋ ਇਹ ਫੈਸਲਾ ਜਿਹੜਾ ਸਾਡੇ ਤੇ ਇੱਕਦਮ ਥੋਪ ਦਿੱਤਾ ਗਿਆ ਨਹੀਂ ਇਹ ਤਾਂ ਤੁਹਾਡਾ ਮੈਂ ਮਤਲਬ ਉਹ ਠੀਕ ਹੈ ਥੋਪ ਦਿੱਤਾ ਗਿਆ ਪਰ ਆਪਣਾ ਪਰਸਨਲ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਕਿ ਐਕਸਪੀਰੀਅੰਸ ਕਹਿਣ ਦਾ ਮਤਲਬ ਕਿ ਇਨਕਮ ਟੈਕਸ ਪੇ ਕਰਦੇ ਹੋ ਤੁਸੀਂ ਹਾਂ ਨਹੀਂ ਮੈਂ ਤਾਂ ਬਕਾਇਦਾ ਜੀ ਇਨਕਮ ਟੈਕਸ ਪੇ ਕਰਦਾ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਪਰ ਅਸੀਂ ਕਿਸਾਨੀ ਦੇ ਨਾਲ ਮੇਰਾ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਹਾਂ ਜੱਟ ਫੈਮਿਲੀ ਨੂੰ ਬਿਲੋਂਗ ਕਰਦਾ ਕਿਉਂਕਿ ਪ੍ਰੋਬਲਮ ਸਾਨੂੰ ਵੀ ਆਈਆਂ ਹੁਣ ਜਿਹੜੀ ਸਾਡੀ ਫਸਲ ਦੇ ਪੈਸੇ ਵੀ ਆ ਉਹ ਵੀ ਸਾਨੂੰ ਨਹੀਂ ਮਿਲ ਰਿਹਾ ਉਹਦੇ ਲਈ ਵੀ ਬਹੁਤ ਲੰਬੀਆਂ ਕਤਾਰਾਂ ਦੇ ਵਿੱਚ ਖੜ੍ਹਨਾ ਪੈ ਰਿਹਾ ਪ੍ਰੋਬਲਮ ਤਾਂ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਤਕੜਾ ਬੰਦਾ ਲਾਈਨ 'ਚ ਲੱਗਾ ਹੋਊਗਾ ਪਰ ਜਿਹੜੇ ਆਮ ਲੋਕ ਆ ਉਹ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ ਉਹ ਮਾੜੀ ਗੱਲ ਹੁਣ ਆਪਾਂ 2017 ਦੀ ਜੇ ਗੱਲ ਕਰੀਏ ਇਨ ਦੀ ਐਂਡ ਆਪਾਂ ਇਹੀ ਕਹਿਣਾ ਚਾਹਾਂਗੇ ਜੀ ਪੂਰਾ ਪੀਟੀਸੀ ਨੈਟਵਰਕ 2017 ਜਿਹੜਾ ਸਾਲ ਤੁਹਾਡੇ ਲਈ ਹੋਏਗਾ ਉਹ ਬਹੁਤ ਵਧੀਆ ਹੋਵੇ ਮੈਂ ਖੁਸ਼ੀਆਂ ਭਰਿਆ ਹੋਵੇ ਪੀਟੀਸੀ ਚੈਨਲ ਦਾ ਮੈਨੂੰ ਪਹਿਲਾਂ ਵੀ ਬਹੁਤ ਪਿਆਰ ਮਿਲਦਾ ਰਿਹਾ ਅਤੇ ਇਹੀ ਆਸ ਹੈ ਕਿ ਉਹ ਹਮੇਸ਼ਾ ਪਿਆਰ ਕਰਦੇ ਨੇ ਅਤੇ ਇੱਕੋ ਹੀ ਇੱਕ ਮੈਂ ਕਹਿੰਦਾ ਹੁੰਦਾ ਮੈਂ ਅਕਸਰ ਮੈਂ ਆਖਿਆ ਕਰਦਾ ਕਿ ਇੱਕੋ ਇੱਕ ਚੈਨਲ ਹੈ ਜਿਹੜਾ ਤੜਕੇ ਸਾਰ ਉੱਠਦੇ ਆ ਤੁਰਕੀ ਬਾਣੀ ਆਏ ਜਿਹਨੇ ਸਗਲੀ ਚਿੰਤ ਮਚਾਈ ਉਹ ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਪਹਿਲਾਂ ਤਾਂ ਜੋੜਦਾ ਫਿਰ ਪੰਜਾਬੀ ਸੱਭਿਆਚਾਰ ਨਾਲ ਜੋੜਦਾ ਸੋ ਚੈਨਲ ਵਧਾਈ ਦਾ ਹੱਕਦਾਰ ਹੈ ਜੀ ਅਤੇ ਆਸ ਕਰਦੇ ਹਾਂ ਕਿ ਪੀਟੀਸੀ ਚੈਨਲ ਦਾ ਪਿਆਰ ਇਸੇ ਤਰ੍ਹਾਂ ਬਰਕਰਾਰ ਹੋਵੇਗਾ ਸਾਡੇ ਨਾਲ ਸੋ ਬਾਈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਇੱਕ ਵਾਰ ਫਿਰ ਅਤੇ ਅਸੀਂ ਦੁਆ ਕਰਦੇ ਬਹੁਤ ਵਧੀਆ ਰਹੇ ਜੀ ਇਸ ਸਾਲ ਤੁਹਾਡੇ ਵਾਸਤੇ ਧੰਨਵਾਦ ਜੀ ਸਾਹਿਲ ਜੀ ਅਤੇ ਮੈਂ ਆਪਣੇ ਵੱਲੋਂ ਪੀਟੀਸੀ ਚੈਨਲ ਦੇਖਣ ਵਾਲੇ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਇਹ ਨਵਾਂ ਸਾਲ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਪੰਜਾਬੀਅਤ ਦਾ ਭਲਾ ਕਰਨ ਪੰਜਾਬੀ ਬੋਲਣ ਪੰਜਾਬੀ ਪੜ੍ਹਨ ਅਤੇ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰਨ ਵਾਹ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ